ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ। ਅਤੇ ਨਵਾਂ ਵਲੋਗ ਸ਼ੁਰੂ ਕਰਦੇ ਹਾਂ ਅੱਜ ਆਪਾਂ ਸ਼ੈੱਡ ਤੋਂ। ਫਿਲਹਾਲ ਆਪਾਂ ਚਾਹ ਪੀਣ ਦੇ ਹਾਂ, ਸ਼ੈੱਡ ਤੋਂ ਸ਼ੁਰੂ ਕਰਦੇ ਹਾਂ ਨਵਾਂ ਵਲੋਗ। ਅਤੇ ਚੱਲੇ ਹਾਂ ਪਿੰਡ ਜੀਤਵਾਲ, ਪਿੰਡ ਜੀਤਵਾਲ ਜ਼ਿਲ੍ਹਾ ਮੋਗਾ। ਭਾਈ ਅੰਮ੍ਰਿਤਪਾਲ ਮਹਿਰੂ ਉਹਨਾਂ ਦਾ ਬਰਥਡੇ ਅੱਜ, ਅਤੇ ਯੋਧੇ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਹੋਣ। ਨਾਲੇ ਅਸੀਂ ਚੱਲੇ ਹਾਂ, ਦਵਿੰਦਰ ਸਿੰਘ ਵੀ ਤਿਆਰ ਹੋ ਗਏ ਆ, ਅਤੇ ਬਾਕੀ ਸਿੰਘ ਵੀ ਆਉਣ ਡੇ ਆ, ਤਿਆਰ ਤਿਉਰ ਹੋਣ ਗਏ, ਬਸਤਰ ਪਾਉਣ ਗਏ ਆ। ਤਾਂ ਇਹ ਜਾਣਾ ਜੇ ਤੁਸੀਂ ਵੀ ਸੱਚੀ, ਮੈਂ ਵਲੌਗ ਦਾ ਕਰਕੇ ਨੀ ਝੂਠ ਨਾ ਮਾਰਨਾ, ਸੱਚੀ ਸੱਚੀ ਜਾਣਾ ਜੇ। ਤਿੰਨ ਚਾਰ ਵਜੇ ਆਏ ਨਾ, ਚੱਲੀਏ। ਚਲੋ ਫਿਰ ਇੱਕ ਹੋਰ ਸਿੰਘ ਤਿਆਰ ਹੋ ਗਿਆ, ਚਲੋ ਠੀਕ ਆ। ਅਤੇ ਫਿਰ ਜਾਂਦੇ ਹਾਂ ਅੱਜ ਸਾਰਾ ਪਿੰਡ ਮੋਗੇ ਨਾ ਜਿਹੜਾ ਮੋਗਾ ਅਜੀਤਵਾਲ ਉੱਥੇ ਪਹੁੰਚਣ ਲੱਗੇ ਹਾਂ। ਅਤੇ ਸਾਂਝ ਪਿਓ ਵਲੌਗ ਦੇ ਵਿੱਚ ਇੱਦਾਂ ਹੀ ਅੱਗੇ ਅੱਗੇ ਇੰਜੋਏ ਕਰੋ। ਹੁਣ ਤਿਆਰ ਹੋ, ਸਾਂਝਾ ਪਾਓ ਵਲੌਗ ਦੇ ਵਿੱਚ। ਹੁਣ ਅਤੇ ਅਸੀਂ ਚੱਲੇ ਜੀ ਨਗਰ ਅਜੀਤਵਾਲ ਜ਼ਿਲ੍ਹਾ ਮੋਗਾ। ਭਾਈ ਅੰਮ੍ਰਿਤਪਾਲ ਮਹਿਰੂ ਉਹਦਾ ਅੱਜ ਬਰਥਡੇ ਆ, ਅਤੇ ਬਰਥਡੇ ਨੂੰ ਲੈ ਕੇ ਨਾਲ ਦੇ ਸਿੰਘ, ਅਤੇ ਅਸੀਂ ਚੱਲੇ ਹਾਂ। ਚੱਲੀਏ ਬਾਬਾ ਜੀ, ਚਲੋ ਜੀ ਖਾਲਸਾ। ਚਲੋ ਉਹ ਆਪਾਂ ਚੱਲੀਏ, ਦਰਸ਼ਨ ਮਿਲੇ। ਆਹੋ ਸੰਗੀ ਸੰਗੀ ਨਾ ਜਾਇਓ, ਬੋਲੀ ਆ। ਚਲੋ ਚਲੋ ਚਲੋ, ਕੁਛ ਨਹੀਂ ਹੁੰਦਾ, ਫਿਰ ਕੀ ਹੋ ਗਿਆ ਦੱਸ। ਕੈਮਰਾ ਗੰਦਾ ਜਿਹਾ ਯਾਰ ਮਾੜਾ ਜਿਹਾ ਹੋਇਆ ਇੱਕ ਮਿੰਟ। ਚਲੋ ਬਾਬਾ ਜੀ, ਹੋਰ ਮਾਂ ਕੀ ਹਾਲ ਆ, ਠੀਕ ਠਾਕ ਜੀ? ਨਹੀਂ ਸੁਣਿਆ ਬਾਬਾ ਜੀ। ਬਾਬਾ ਨੇ ਨਹੀਂ ਛੱਡੇ ਮਨਾਂਗਾ, ਕਿਉਂ ਆ ਤੁਸੀਂ ਵਹਿੰਦੇ ਜਾਇਓ, ਤੁਸੀਂ ਰੌਣਕਾਂ ਬਣਨੀਆਂ ਜੇ। ਮੌਸਮ ਘੈਂਟ ਹੋਇਆ ਵਾ, ਪੂਰਾ ਮੌਸਮ ਓਕੇ, ਰਿਪੋਰਟਾਂ ਆਇਆ ਓਕੇ। ਉਹ ਬਾਬਾ ਜੀ ਕੀ ਹਾਲ ਜੇ, ਪਿੰਡੋਂ ਬਾਹਰ ਆ ਗਏ ਜੇ, ਆਹ ਪਿੰਡ ਜੇ ਆਪਣਾ, ਅਤੇ ਹੁਣ ਪਿੰਡੋਂ ਬਾਹਰ ਆ ਗਏ ਹਾਂ। ਉਹ ਥੋੜ੍ਹੇ ਗਾੜੀ ਹੈ ਨਾ, ਚੱਲ ਕੋਈ ਗੱਲ ਨਹੀਂ, ਵੈਸੇ ਵਹਿੰਦੇ ਜਾਇਓ, ਸਾਂਝਾਂ ਕਿੱਦਾਂ ਪੈਂਦੀਆਂ। ਨਾਲ ਦੇ ਸਿੰਘ ਵੀ ਲਾਗੇ ਹੈਗੇ ਆ, ਦਵਿੰਦਰ ਸਿੰਘ ਅਤੇ ਬਲਰਾਜ। ਛਕ ਛਕਾ ਲਿਆ ਸਭ ਕੁਛ, ਓਕੇ ਰਿਪੋਰਟਾਂ ਆਈਆਂ ਵਾ। ਕੀ ਜਗ੍ਹਾ ਜੀ, ਹੈ ਕਰੀਏ ਕੰਮ ਹੈ ਨਾ, ਗੱਲਬਾਤ ਹੀ ਸੁਣਾ ਦੋ, ਹੈ ਚੁੱਪ ਹੋ ਕੇ ਬੈਠੇ ਜੀ, ਉੱਥੇ ਜਾ ਕੇ ਸਾਂਝਾ ਬਹਿ ਲਈਏ। ਬਿਲਕੁਲ ਬਿਲਕੁਲ, ਵੇਖਣਾ ਕਿੰਨਾ ਆਪਾਂ, ਡੇਢ ਸੌ ਕਿੰਨਾ, ਅੱਛਾ ਜੀ ਓਕੇ, ਆਪਾਂ ਵੇਖਾਂਗੇ ਵੀ ਆਪਣਾ ਪੈਸਾ ਕਿੰਨਾ। ਓਕੇ ਓਕੇ।
ਤੇਲ ਪਵਾਏ ਜਾਣਗੇ ਹੁਣ ਮੋਟਰਸਾਈਕਲਾਂ ਦੇ ਵਿੱਚ। ਇੱਕ ਬੋਲਦੇ ਨੇ ਤੁਸੀਂ ਕੀ ਗੱਲ ਯਾਰ ਬਾਬਾ ਜੀ, ਤੁਸੀਂ ਬੋਲੋ ਕੁਛ ਵੇਲਾ ਦੇਖਿਆ ਹੈਰਾਨ ਜੀ ਉਹ ਚੀਜ਼ ਹੈ ਵੇਲੋ ਹੈ ਤੇਲ ਪਾਉਣ ਲੱਗੇ ਹਾਂ ਅਤੇ ਤੇਲ ਪਾ ਕੇ ਤੁਰਦੇ ਹਾਂ ਜੀਤ ਨਗਰ ਜਿਹੜਾ ਮੋਗਾ ਅੰਮ੍ਰਿਤਪਾਲ ਮਹਿਰੋ ਦਾ ਜਨਮ ਦਿਨ ਅੱਜ ਸਿੰਘ ਸਾਹਿਬ ਦਾ ਅਤੇ ਉੱਥੇ ਜਾ ਰਹੇ ਹਾਂ। ਤੁਹਾਨੂੰ ਵਾਰ ਵਾਰ ਤਾਂ ਦੱਸਣ ਡਿਆ ਕਿਉਂਕਿ ਮੇਰਾ ਕੈਮਰਾ ਰਿਕਾਰਡਿੰਗ ਖਰਾਬ ਆ ਫੋਨ ਥੋੜ੍ਹੀ ਅਤੇ ਥੋੜ੍ਹਾ ਪ੍ਰੋਪਰਲੀ ਵਲੋਗ 'ਚ ਸੁਣਦਾ ਨਹੀਂ, ਮੈਨੂੰ ਕਮੈਂਟ ਆਏ ਆ ਮੈਕ ਮੁਗ ਲਿਆਉਂਦੇ ਹਾਂ ਅਤੇ ਮੈਕ ਮੁਗ ਦੇ ਨਾਲ ਕਰਿਆ ਕਰਾਂਗੇ ਸ਼ੂਟ ਬਾਅਦ 'ਚ ਕੀਤਾ ਸ਼ੁਰੂ ਕੰਮ ਹੁਣ ਦੇਖੇ ਆ ਜੇ ਮੌਸਮ ਚੈੱਕ ਕਰੋ ਬਾਬੇ, ਉਹ ਮੌਸਮ ਚੈੱਕ ਕਰੋ ਤੁਸੀਂ ਇੱਕ ਮੌਸਮ ਜਿਹੜੇ ਲਾਭੀ ਮਿਲੀ ਹੋਈ ਜਾਣਦੇ ਆ ਬਾਬੇ ਹਾਸੀਆਂ ਜਿਹੜੀਆਂ ਕਰਦੇ ਇੰਜੋਇਮੈਂਟ ਕਰਦੇ ਬਾਬਾ ਪਹੁੰਚ ਜਾਣਾ ਥੋੜ੍ਹਾ ਟਾਈਮ ਤੱਕ ਪਹੁੰਚ ਜਾਵਾਂਗੇ ਫਿਰ ਤੁਹਾਨੂੰ ਉੱਥੇ ਜੋ ਵੀ ਕੱਠ ਆ ਕੱਠ ਦਾ ਸਾਰਾ ਵੀਰਾਂ ਥੱਲੇ ਬੰਦ ਆ ਥੱਲੇ ਜਾ ਸਕਦੇ ਉੱਦਾਂ ਹੈ ਥੱਲੇ ਅਲਾਓ ਨਹੀਂ ਹੈਗਾ ਆਪਣੇ ਸਿੰਘ ਬਾਕੀ ਗਾੜੀ ਕਰਦੇ ਹਰਿਆਲੀ
ਆ ਚੀਆਂ ਦੇ ਉਦੋਂ ਤਾਂ ਰੋਡ ਹੀ ਸੜਕਾਂ ਹੀ ਸ਼ੂਟ ਹੋਣਡੀਆਂ। ਖਿਲਾਰ ਲਓ ਕੋਈ ਗੱਲਬਾਤ ਕਰ ਲਓ। ਖਿਲਾਰੋ 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 ਘੜੀ। ਵਾਸ਼ਰੂਮ ਵੂਸ਼ਰੂਮ ਜਾਣਾ ਕਿਸੇ ਨੇ ਜਾਣਾ? ਕੀ ਗੱਲ ਹੈ, ਮਨ ਉਦਾਸ ਹੋ ਗਿਆ? ਉੱਥੇ ਚਾਹੀਦਾ ਹੈਗਾ ਜਾਂਦੇ ਆ ਕੋਈ ਚੱਕਰ ਨੀ ਹਮਾਰੇ ਪੀਰ। ਨਾਕਾ ਲੱਗਾ ਜੇ ਗਾੜੀ, ਨਾਕਾ ਲੱਗਾ ਜੇ ਨਾਕਾ। ਗਾੜੀ ਨਾਕਾ ਲੱਗਾ, ਬੰਦ ਹੋਇਆ ਜੇ ਕੰਮ। ਆਹੀ ਲੰਘੀ ਲੰਘੀ ਟ੍ਰੇਨ, ਲੰਘੀ ਓਏ ਲੰਘੀ ਟ੍ਰੇਨ। ਝੂਟਾ ਲੈਣਾ ਬਾਬਾ ਮੈਂ ਯਾਰ, ਹੈਂ ਝੂਟਾ ਲੈਣਾ ਇੱਥੇ ਲਾਰੇ ਵੱਜਣਗੇ ਪੂਰੇ ਸਭ ਹੀ ਵੱਜਣਗੇ। ਲੰਘੀ ਜੇ ਟ੍ਰੇਨ ਸਾਡੇ ਸਿੰਘ ਮਗਰ ਰੱਖੋ, ਆਏ ਨਹੀਂ ਅਜੇ ਯਾਰ। ਫਾੜਕ ਖੁਰੇ ਲੱਗਾ, ਫਾੜਕ ਖੁਰੇ ਲੱਗਾ ਜਾਣਾ। ਛੋਟੀ ਆ ਨਾ ਟ੍ਰੇਨ, ਛੋਟੀ ਟ੍ਰੇਨ ਬਾਬਾ। ਹਾਂ ਥੋੜ੍ਹੀ ਜਿਹੀ ਘੱਟ ਨਹੀਂ ਟ੍ਰੇਨ ਸ਼ਾਇਦ ਚੱਕਰ ਜਾਣ ਟਾਈਮ ਵੇਖੀ ਸਮੇਂ ਦਾ ਗੇਟ ਇਹੋ ਜਿਹਾ ਵੱਜਣਾ ਨਾ ਮੈਨਾਂ ਵੇਹਦਾ ਜਲੀ ਵੱਡਿਆ ਆਪ ਭਰਾ ਜਿਉਂਦਾ ਵਾਤਾ ਰਵੇ ਬਸ ਬਾਬਾ।
ਭਾਈ ਠੀਕ ਆ ਬਲੈਕ ਸਕੋਰਪੀਓ ਥਾਰ ਯਾਰ ਬਾਬਾ ਜਾਨੀ ਜਾਣੀ ਕਰਾਉਂਦਾ ਹਾਂ ਮਿਲਦੇ ਆ ਤੁਹਾਨੂੰ ਕੱਢੋ ਗਾੜੀ ਚਾਹ ਪੀਣ ਲੱਗੇ ਜੇ ਬਲਰਾਜ ਹੋਣੀ ਬਲਰਾਜ ਸਿੰਘ ਹੋਣੀ ਬਾਬਾ ਜੀ ਇੱਧਰ ਗੱਲ ਪਤਾ ਕਰੀ ਜਾਇਓ ਨਾ ਫਿਰ ਬਲੌਗ ਦਾ ਇੰਟਰਸਟ ਫਿਰ ਬਣਦਾ ਵਾ ਹਾਂ ਜੇ ਇਕੱਲਾ ਮੈਂ ਗੱਲਾਂ ਕਰੀ ਜਾਉਣਾ ਫਿਰ ਅਗਲਾ ਹਾਂ ਤਾਂ ਕਰਕੇ ਸਕਿੱਪ ਕਰ ਦਈਏ ਤੇ ਫਿਰ ਅਗਲੇ ਸਕਿੱਪ ਕਰ ਦਿੰਦੇ ਇਕੱਲਾ ਗੱਲਾਂ ਪਤਾ ਕਰੀ ਜਾਈਏ ਇਹਦੇ ਵਾਹ ਜ਼ਿੰਦਗੀ ਦੇ ਆਨੰਦ ਆ ਇਹ ਵੀ ਗੱਲ ਸਹੀ ਆ ਹਾਂਜੀ ਚਾਹ ਬਹਿ ਜਾਓ ਹਰਜਿੰਦਰ ਸਿੰਘ ਬਹਿ ਲਾਓ ਆਸਨ ਬਲਰਾਜ ਸਿੰਘ ਦੱਸੋ ਬਾਬਾ ਜੀ ਕੀ ਹਿਸਟਰੀ ਹੋਣੀ ਇਹ ਬਲੌਗ ਦੀ ਬਾਬਾ ਜੀ ਚਾਹ ਹੀ ਐਸਾ ਹੋਣਾ ਭਾਈ ਵੀ ਬੋਲੀ ਸੜ ਗਏ ਉਹਨਾਂ ਵੀਰਾਂ ਤਿਆਰ ਕੀਤੀ ਆ ਚਾਹ ਪਾਣੀ ਪੀਣ ਦੇ ਹੁਣ ਅਜੇ ਜਾਣਾ ਕਿੰਨਾ ਰਹਿ ਗਿਆ ਦੱਸੇ ਘੜੀ ਆ ਕੀ ਹੋਣ ਡਿਆ 12 ਕਿਲੋ ਇੱਕ ਬਲੌਗ 'ਚ ਫੋਟੋ ਸਾਫ਼ ਆਉਂਦੀ ਸਗੋਂ ਫਿਲਟਰ ਤੋਂ ਬਗੈਰ ਗੱਲ ਨਹੀਂ ਬਣਦੀ ਚਾਹ ਪੀ ਲਈ ਆ ਤੇ ਹੁਣ ਚੱਲੇ ਜੇ ਫਿਰ ਕੈਮਰਾ ਆਉਣ ਹੁੰਦਿਆ ਹੀ ਕੈਮਰਾ ਆਉਣ ਹੁੰਦਿਆ ਹੀ ਤਿਆਰ ਹੋ ਜਾ ਕਰੋ ਕੈਮਰਾ ਆਉਣ ਹੁੰਦੇ ਤਿਆਰ ਹੋ ਜਾ ਕਰੋ ਨਹੀਂ ਤਾਂ ਨਾਲੇ ਕੱਪੜਿਆਂ ਦੀ ਗੱਲ ਨਹੀਂ ਕਰਨ ਡਿਆ ਥੋਟ ਥੋਟ ਸੋਚ ਖਿਆਲ ਬਿਆਨ ਕਰਿਆ ਕਰੋ ਚਲੋ ਬਾਬਾ ਜੀ ਆਓ ਪਿੱਛੇ ਬੜਾ ਰਹਿ ਗਏ ਆ 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 ਗਏ ਮਾੜੀ ਮੈਨੂੰ ਪੱਗ ਸਿੱਧੀ ਕਰ ਲੈਂਦੇ ਬਾਬਾ ਹਿੱਲੀ ਨਾ ਯਾਰ ਹਿਲਾਵੀ ਨਾ ਹਜੇ ਮੁੜ ਹੁਣ ਪਿਆ ਹੀ ਗੜੇ ਚਲੀਏ ਚਲੋ ਚੱਲ 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 ਬਾਬਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਪਹੁੰਚ ਗਏ ਆ ਅਜੀਤਵਾਲ ਅਜੀਤਵਾਲ ਮੋਗੇ ਪਹੁੰਚ ਗਿਆ ਭਾਈ ਅਮਰਪਾਲ ਨੇ ਕਾਫੀ ਆਓ ਗਾੜੀ ਗਾੜੀ ਸਾਂਝ ਪਾਉਂਦੇ ਹਾਂ। ਦਿਖਾਓ ਬਾਬਾ ਜੀ ਸਾਰੇ ਪਾਸੇ ਆ ਕੈਮਰਾ ਸਾਰੇ ਪਾਸੇ ਘੁਮਾ ਕੇ ਆਹ ਸਿੰਘ ਉੱਪਰ ਆਪਣੇ ਆਪ ਨੂੰ ਵੀ ਲਿਆ ਸਕਦੇ ਜਾਂ ਕਰਕੇ ਪਹੁੰਚ ਗਈ ਹਾਂ ਜੀ। ਆ ਜਾਓ ਮੈਂ ਕੁਛ ਬੋਲੂੰਗਾ ਜਿੱਥੇ ਪ੍ਰੋਪਰਲੀ ਕੋਈ ਗੱਲ ਮੇਨ ਦੱਸਣ ਵਾਲੀ ਹੋਊਗੀ ਉਹਦਾ ਤੁਸੀਂ ਬਸ ਦੇਖੋ ਆਵੇ ਜਿੱਥੇ ਭਾਈ ਅੰਮ੍ਰਿਤਪਾਲ ਮਹਿਰੂ ਨੇ ਇਕੱਠ ਕੀਤਾ। ਆ ਹਾਲ ਜੀ ਮੈਂ ਪ੍ਰੋਪਰਲੀ ਬੋਲ ਕੇ ਦੱਸਦਾ ਆ ਹਾਲ ਜੀ ਜਿੱਥੇ ਤਿਆਰੀ ਹੋਈ ਆ ਇਕੱਠ ਦੀ ਇੱਥੇ ਬੁਲਾਰੇ ਆਹ ਸਾਹਮਣੇ ਬੈਨਰ ਲੱਗਾ ਸਿੰਘ ਸਾਹਿਬ ਦਾ ਜਨਮ ਦਿਨ ਮੁਬਾਰਕ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਹਾਲ ਜੀ ਅਜੇ ਮਹਿਰੂ ਸਾਹਿਬ ਪਹੁੰਚੇ ਨਹੀਂ ਆ। ਕਿੱਡਾ ਤਕੜਾ ਹਾਲ ਕਰਵਾਇਆ ਵਾ ਸਿੰਘ ਸਾਹਿਬ ਨੇ ਅਤੇ ਹੌਲੀ ਹੌਲੀ ਇਕੱਠ ਹੋਣ ਦਿਆ ਸੰਗਤਾਂ ਆਉਣ ਡੀਆਂ ਅਜੇ ਸੰਗਤ ਪ੍ਰੋਪਰ ਆਈ ਨਹੀਂ ਨਹੀਂ ਬਾਹਰ ਵੀ ਆ ਵੇਟਿੰਗ 'ਚ ਉਹਨਾਂ ਦੇ ਜਦੋਂ ਆਉਣਗੇ ਅਤੇ ਕੁਝ ਸੰਗਤਾਂ ਬੈਠੀਆਂ ਇੱਧਰ ਕੁਝ ਉੱਧਰ ਆਹ ਸਾਹਮਣੇ ਸਟੇਜ ਆ ਅਤੇ ਉੱਥੇ ਆ ਜਨਮ ਦਿਨ ਮੁਬਾਰਕ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ। ਇੱਥੇ ਸਟੇਜ ਤਿਆਰ ਆ ਮੇਨ ਆਹ ਸਾਹਮਣੇ ਆ ਜਨਮ ਦਿਨ ਮੁਬਾਰਕ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਅਤੇ ਸਿੰਘ ਕੁਝ ਨਾਲ ਦੇ ਉੱਧਰ ਨੂੰ ਗਏ ਆ ਵੇਖਣ। ਜਾਂਦੇ ਇੱਕ ਮਿੰਟ ਆ ਇੱਕ ਮਿੰਟ ਵੇਟ ਕਰੋ ਅੱਧੀ ਸੰਗਤ ਬਾਹਰ ਖਲੋਤੀ ਆ ਆਹ ਵੇਖੋ ਸਿੰਘ ਸਾਰੇ ਇੱਧਰ ਵੀ ਆ ਆਹ ਆਪਣੇ ਸਿੰਘ ਆ ਅਤੇ ਹੁਣ ਕੋਈ ਹੈਗਾ ਨਹੀਂ ਆ ਕੈਮਰਾ ਪਿੱਕ ਕਰਨ ਵਾਲਾ ਨੇ ਤਾਂ ਆਪ ਵੀ ਵਲੋਗ ਚ ਆਣ ਕੇ ਸਾਹਮਣੇ ਤੇ ਤੁਹਾਨੂੰ ਦੱਸਣਾ ਕਰਨਾ ਸੀਗਾ ਇੱਧਰ ਵੀ ਸੰਗਤ ਚਲੀ ਗਈ ਅੰਦਰ ਚਲੀ ਗਈ ਆਪਾਂ ਚਲੀ ਗਿਆ ਚਲੀ ਗਈ ਅੰਦਰ
ਆਹ ਹੁਣ ਵਿਚਾਰ ਸੁਣਦੇ ਹਾਂ ਉਹਨਾਂ ਦੇ। ਸਮਝ ਲਓ ਕਿ ਆਪਾਂ ਪੂਰੇ ਜੋਸ਼ 'ਚ
ਲੜ ਰਹੇ ਹਾਂ ਕਿਸੇ ਨਾਲ। ਕਹਿੰਦੇ ਕਮਿਸ਼ਨ, ਕਹਿੰਦਾ ਜਿਹੜੇ ਬੁਲਾਉਂਦੇ ਆ ਗੱਜ ਕੇ ਫਤਿਹ, ਉਹਨਾਂ ਨੂੰ ਮਿਲਦੀ ਆ ਭੱਜ ਕੇ ਫਤਿਹ। ਸੋ ਅਗਲੀ ਗੱਲ ਮੈਂ ਨਾ ਕਹਾਂ, ਆਪਾਂ ਚੜ੍ਹਦੀ ਕਲਾ 'ਚ ਰਹਿਣਾ ਹੈ। ਸੋ ਆਓ ਫਿਰ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਕੱਤਰ ਹੋਏ ਹਾਂ ਫਿਲਹਾਲ ਹੁਣ ਚੱਲੇ ਹਾਂ। ਇਹ ਕਾਫੀ ਸੰਗਤ ਆ ਗਈ ਆ, ਤਾਂ ਕਰਕੇ ਕਾਫੀ ਡਿਊਟੀ ਹੈ ਨਾ, ਤਾਂ ਕਰਕੇ ਜਾਣਾ ਪਿਆ। ਇੱਕ ਤਾਂ ਡਿਊਟੀ ਆ ਅਤੇ ਇੱਕ ਦਰਬਾਰ ਖੋਲ੍ਹਣੇ ਆ ਸਿੰਘ ਸਾਹਿਬ, ਦੂਜਾ ਵੀ ਗ੍ਰੰਥੀ ਸਿੰਘ ਆ ਦਵਿੰਦਰ ਸਿੰਘ ਜਿਹੜੇ ਨਾਲ ਆ ਬਾਬਾ ਜੀਵਨ ਸਿੰਘ ਦੇ, ਅਤੇ ਦਾਸ ਦੀ ਵੀ ਡਿਊਟੀ ਹੁੰਦੀ ਆ ਗੁਰਦੁਆਰਾ ਪਿੰਡ ਕਾਜੀਕੋਟ, ਅਤੇ ਇਸ ਕਰਕੇ ਜਾਣਾ ਪੈਣਾ ਵਾ। ਸੋ ਸਾਂਝ ਪਾਈ ਵਧੀਆ, ਸਾਂਝ ਪਾਈ ਅੰਮ੍ਰਿਤਪਾਲ ਸਿੰਘ ਮਹਿਰੋ, ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਅਤੇ ਸਪੋਰਟ ਪੰਜਾਬ, ਸਪੋਰਟ ਪਰਫੋਰਮੈਂਸ, ਆਪੋ ਆਪਣੀ ਜੋ ਵੀ ਬੜੇ ਪੰਜਾਬ ਦੇ ਜਿਹੜੇ ਹਾਲਾਤ ਆ ਤੁਸੀਂ ਵੇਖਿਆ ਹੋਣਾ, ਬਿਆਨਾਬਾਜ਼ੀ ਵਾਲੇ ਹੋਏ ਪਏ ਆ। ਆਹ ਵੇਖੋ ਕਿੱਦਾਂ ਇਕੱਠ ਹੋਇਆ ਸਿੰਘਾਂ ਦਾ, ਅਤੇ ਵੱਧ ਤੋਂ ਵੱਧ ਪਹੁੰਚੋ, ਇਕੱਤਰ ਹੋ, ਅਧੀਨਗੀ ਸੋਚੋ। ਮਿਲਦੇ ਹਾਂ ਨੈਕਸਟ ਵਲੌਗ, ਅਗਲੇ ਵਲੌਗ ਦੇ ਵਿੱਚ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।